अमरीका की यूबा सिटी के सब तो वड्डा नगर कीर्तन सजाया जाता है, जिस दे विच लखां दी तादाद दे विच सिख संगतां शमूलियत करदियां ने। तां उत्थे ही हुण इक वड्डी खबर निकल के सामने आ रही है कि इस नगर कीर्तन दौरान सिख संगतां नूं निशाना बनाया जा सकता है। तां फोन लाइन ते मेरे नाल बने हुए ने दैनिक सवेरा दे डिप्टी एडिटर परमिंदर बरियाणा जी। बरियाणा जी, अमेरिका दे विच सब तो वड्डा नगर कीर्तन सजाया जाता है, तो हुण उस दे विच सिख संगतां नूं निशाना बनाउण दी जिहड़ी खबर सामने आई है, की कहना चाहोगे जी? अमेरिका दी जिहड़ी सब तो भरोसेमंद एजेंसी जिहड़ी आरडी आई आ, उहदा इक पत्तर दुनिया दी इक चिट्ठी आ उह लीक होई आ, जिहदे विच इस गल दा रूही खुलासा कीता गया कि जिहड़ा यूबा सिटी दे विच नगर कीर्तन नवंबर दे पहले हफ्ते होणा, अटैक हो सकता और गोलाबारी जी गोलीबारी जी हो सकती है जी जी। और साफ कहा भी ये अटैक पार्किंग दे विच हो सकता या रूट दे उत्ते हो सकता है, और ये भी कहा गया कि इहदे विच जिहड़े हथियार इस्तेमाल होने आ ਉਹ ਪਹਿਲਾਂ ਹੀ ਕਿਸੇ ਗੱਡੀ ਦੇ ਵਿੱਚ ਰੱਖ ਦਿੱਤੇ ਜਾ ਸਕਦੇ ਆ। ਔਰ ਉਹਨਾਂ ਨੇ FBI ਨੇ ਸਟੇਟ ਪੁਲਿਸ ਜਿਹੜੀ ਜੱਜੀ ਬਾਤੀ ਦੀ ਵੀ ਪੁਲਿਸ ਆ ਉਹਨੂੰ ਇਹ ਅਲਰਟ ਭੇਜਿਆ ਔਰ ਕਿਹਾ ਕਿ ਇਹ ਘਟਨਾ ਹੋ ਸਕਦੀ ਆ। ਔਰ ਦੱਸ ਦਈਏ ਕਿ ਜਿਹੜਾ ਯੂਬਾ ਸਿਟੀ ਆ ਇਹ ਉਹ ਸ਼ਹਿਰ ਆ ਜਿੱਥੇ ਸਭ ਤੋਂ ਜ਼ਿਆਦਾ ਸਿੱਖ ਵਸੋਂ, ਅਮਰੀਕਾ ਦੀ ਜਿਹੜੀ ਸਭ ਤੋਂ ਜ਼ਿਆਦਾ ਸਿੱਖ ਵਸੋਂ ਆ ਯੂਬਾ ਸਿਟੀ ਦੇ ਵਿੱਚ ਆ, ਔਰ ਕੈਲੀਫੋਰਨੀਆ ਦਾ ਇਹ ਉਹ ਸ਼ਹਿਰ ਆ ਜਿੱਥੇ ਸਭ ਤੋਂ ਪਹਿਲਾਂ ਸਿੱਖ ਜਾ ਕੇ ਵਸਣੇ ਸ਼ੁਰੂ ਹੋਏ। ਔਰ ਇਹ ਸ਼ਹਿਰ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਮਾਤਰਾ ਜਿਹੜੀ ਆ ਇੱਥੇ ਰਹਿ ਰਹੀ ਆ। ਔਰ ਇਹ ਵੀ ਦੱਸ ਰਹੀ ਹੈ ਕਿ ਜਿਹੜਾ ਇੱਥੇ ਨਗਰ ਕੀਰਤਨ ਨਿਕਲਦਾ ਆ ਉਹ ਬਹੁਤ ਇਤਿਹਾਸਕ ਨਗਰ ਕੀਰਤਨ ਹੁੰਦਾ, ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ, ਕਿਉਂਕਿ ਇਹ ਸਭ ਤੋਂ ਪਹਿਲਾਂ ਜੇ ਅਮਰੀਕਾ ਦੇ ਵਿੱਚ ਨਗਰ ਕੀਰਤਨ ਦਾ ਸ਼ੁਰੂਆਤ ਹੋਈ ਤਾਂ ਉਹ ਦੱਸਿਆ ਜਾ ਰਿਹਾ ਕਿ ਯੂਬਾ ਸਿਟੀ ਉਹਨਾਂ ਦੇ ਵਿੱਚੋਂ ਇੱਕ ਸ਼ਹਿਰ ਸੀ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਆ ਪਹਿਲਾਂ ਨਗਰ ਕੀਰਤਨ ਕੱਢਿਆ ਗਿਆ। ਔਰ ਹੁਣ ਇਹ ਗੱਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਸ ਨਗਰ ਕੀਰਤਨ ਤੇ ਅਟੈਕ ਹੋ ਸਕਦਾ, ਔਰ ਇਹਦੇ ਲਈ ਜਿਹੜੇ ਆ ਹਥਿਆਰ ਇਸਤੇਮਾਲ ਕੀਤੇ ਜਾ ਸਕਦੇ, ਆਟੋਮੈਟਿਕ ਹਥਿਆਰ ਜਿਹੜੇ ਆ ਇਸਤੇਮਾਲ ਕੀਤੇ ਜਾ ਸਕਦੇ। ਹਾਲਾਂਕਿ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਇਹ ਅਟੈਕ ਕਿਹੜਾ ਵੱਲੋਂ ਕੀਤਾ ਜਾਣਾ ਹੈ। ਜੀ 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 ਬਰਿਆਣਾ ਜੀ, ਮੈਂ ਇਹੀ ਪੁੱਛਣਾ ਚਾਹੂੰਗੀ ਤੁਹਾਡੇ ਤੋਂ ਕਿ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਨੇ ਜਿਹੜੇ ਉੱਥੇ ਰਹਿ ਰਹੇ ਨੇ, ਪਰ ਕੀ ਮਤਲਬ ਕਿਹੜਾ ਕੁਛ ਰੀਜ਼ਨ ਹੈ ਅਜਿਹਾ ਕਿ ਸਿੱਖਾਂ ਨੂੰ ਹੀ ਹਰ ਵਾਰ ਨਿਸ਼ਾਨਾ ਬਣਾਇਆ ਜਾਂਦਾ, ਚਾਹੇ ਕੈਨੇਡਾ ਹੋਵੇ ਚਾਹੇ ਹੁਣ ਅਮੈਰੀਕਾ ਦੀ ਯੂਬਾ ਸਿਟੀ ਦੇ ਵਿੱਚ ਹੁਣ ਨਗਰ ਕੀਰਤਨ ਨੂੰ ਲੈ ਕੇ ਜਿਹੜਾ ਇੱਡੀ ਵੱਡੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਉੱਥੋਂ ਦੀ ਪੁਲਿਸ ਦੇ ਵੱਲੋਂ? ਦੇਖੋ ਇਹਦੇ ਵਿੱਚ ਅਹਿਮ ਗੱਲ ਇਹ ਆ ਰਹੀ ਕਿ ਦੋ ਤਿੰਨ ਤਰ੍ਹਾਂ ਦੀਆਂ ਇਹਨੂੰ ਚੀਜ਼ਾਂ ਨੂੰ ਜਿਹੜਾ ਇਹਦੇ ਵਿੱਚ ਆਪਾਂ ਕਰ ਸਕਦੇ ਹਾਂ। ਜੀ ਜੀ ਇੱਕ ਜਿਵੇਂ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਰਿੱਚਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਕਿਸੇ ਹੋਰ ਘਟਨਾ ਨਾਲ ਆਪਾਂ ਸੰਬੰਧ ਦੱਸ ਸਕਦੇ ਹਾਂ ਕਿਉਂਕਿ ਉਹ ਪਾਕਿਸਤਾਨੀ ਸਪੋਰਟਰ ਸੀ। ਜੀ 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 ਦੂਸਰੀ ਬਹੁਤ ਜਗ੍ਹਾ ਇੱਦਾਂ ਦੀਆਂ ਵੀ ਹੈਗੀਆਂ ਜਿੱਥੇ ਸਿੱਖਾਂ ਦੀ ਆਪਸੀ ਧੜੇਬੰਦੀ ਦੀ ਲੜਾਈ ਸਾਹਮਣੇ ਆਉਂਦੀ ਆ ਔਰ ਸਿੱਖ ਜਿਹੜੇ ਆਪਸ ਵਿੱਚ ਲੜਦੇ ਨੇ। ਔਰ ਤੀਸਰਾ ਕਿਸੇ ਹੋਰ ਕਾਰਨਾਂ ਕਰਕੇ ਜਿਵੇਂ ਕੋਈ ਪੋਲੀਟੀਕਲ ਕਾਰਨ ਹੋ ਸਕਦੇ ਆ ਜਾਂ ਫਿਰ ਨਫ਼ਰਤ ਨਾਲ ਸੰਬੰਧਿਤ ਘਟਨਾਵਾਂ ਵੀ ਹੋ ਸਕਦੀਆਂ ਜਿਹਦੇ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਔਰ ਬਹੁਤ ਵਾਰੀ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਕਿ ਸਿੱਖਾਂ ਨੂੰ ਇੱਕ ਨਫ਼ਰਤੀ ਕਰਕੇ ਜਿਹੜਾ ਨਿਸ਼ਾਨਾ ਬਣਾਇਆ ਗਿਆ। ਔਰ ਇਹ ਘਟਨਾ ਹੁਣ ਤੋਂ ਨਹੀਂ ਹੈ, ਬਹੁਤ ਪਹਿਲਾਂ ਤੋਂ ਕੀਤੀ ਜਾ ਰਹੀ ਆ, ਪਰ ਇਸ ਤਰੀਕੇ ਦਾ ਇਹ ਵੀ ਦੱਸਿਆ ਤੁਸੀਂ ਕਿ ਇਸ ਤਰੀਕੇ ਦਾ ਅਲਰਟ ਅੱਜ ਤੱਕ FBI ਵੱਲੋਂ ਕਦੇ ਨਹੀਂ ਆਇਆ। ਇਹ ਪਹਿਲਾ ਮੌਕਾ ਆ ਜਦੋਂ FBI ਨੇ
इस तरीके ਦਾ ਹਾਲਾਤ ਜਿਹੜਾ ਆਇਆ ਉਹ ਜਾਰੀ ਕੀਤਾ ਹੋਵੇ। ਜੀ ਜੀ ਇਸ ਤੋਂ ਜੀ ਬਰੇਣਾ ਜੀ ਇਸ ਤੋਂ ਮੰਨਿਆ ਜਾ ਸਕਦਾ ਹੈ ਕਿ ਫਿਰ ਜਿਹੜਾ ਨਗਰ ਕੀਰਤਨ ਕੱਢਣਾ ਉਹ ਪੋਸਟਪੋਨ ਹੋ ਸਕਦਾ ਹੈ। ਨਹੀਂ ਦੇਖੋ ਉਹ ਜਿਹੜਾ ਇੱਕ ਬਹੁਤ ਵੱਡਾ ਆਰਗੇਨਾਈਜ਼ਰ ਪ੍ਰੋਗਰਾਮ ਹੁੰਦਾ ਆਰਗੇਨਾਈਜ਼ ਪ੍ਰੋਗਰਾਮ ਹੁੰਦਾ ਉਹਨਾਂ ਨੂੰ ਕਦੇ ਵੀ ਜਿਹੜਾ ਆ ਮੰਤਰੀ ਨਹੀਂ ਕੀਤਾ ਜਾ ਸਕਦਾ। ਇਹ ਆ ਕਿ ਸੁਰੱਖਿਆ ਵਧਾ ਦੇਣਗੇ, ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਜਾਏਗੀ। ਜੀ ਜੀ ਹਾਲਾਂਕਿ ਹਰ ਵਾਰੀ ਨਗਰ ਕੀਰਤਨ ਦੇ ਵਿੱਚ ਜਿਹੜਾ ਸਾਡੇ ਇੱਥੇ ਇੱਕ ਸਿਸਟਮ ਆ ਨਾ ਕਿ ਜਿੱਥੋਂ ਮਰਜ਼ੀ ਅਸੀਂ ਲੈ ਚੱਲਦੇ ਹਾਂ ਤੇ ਕਿਸੇ ਪ੍ਰਸ਼ਾਸਨ ਦੀ ਪਰਵਾਹ ਨਹੀਂ, ਪਰ ਉੱਥੇ ਜਦੋਂ ਵੀ ਨਗਰ ਕੀਰਤਨ ਕੱਢਣਾ ਆ ਉਹ ਉੱਥੇ ਦੀ ਨਗਰ ਪਾਲਿਕਾ ਅਤੇ ਪੁਲਿਸ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਔਰ ਕੋਈ ਵੀ ਤੁਸੀਂ ਪ੍ਰੋਗਰਾਮ ਕਰਨਾ ਚਾਹੇ ਕੋਈ ਧਾਰਮਿਕ ਆ ਚਾਹੇ ਕੋਈ ਘਰੇਲੂ ਪ੍ਰੋਗਰਾਮ ਆ ਜਿੱਥੇ ਤੁਸੀਂ ਇੱਕ ਪਬਲਿਕ ਪ੍ਰਾਪਰਟੀ ਜਿਹੜੀ ਇਸਤੇਮਾਲ ਕਰਨੀ ਆ ਔਰ ਉੱਥੇ ਫਿਰ ਤੁਸੀਂ ਨਗਰ ਜਿਹੜੀ ਉੱਥੇ ਦੀ ਪਾਲਿਕਾ ਆ ਉੱਥੋਂ ਤੁਸੀਂ ਪਰਮਿਸ਼ਨ ਲੈਣੀ ਆ। ਪਰਮਿਸ਼ਨ ਲੈ ਕੇ ਫਿਰ ਜਦੋਂ ਇਸ ਨਗਰ ਕੀਰਤਨ ਦੀ ਪਰਮਿਸ਼ਨ ਲਈ ਜਾਂਦੀ ਆ ਤੇ ਸਾਰਾ ਕੁਛ ਦੱਸਿਆ ਜਾਂਦਾ ਕਿ ਇਹਦੇ ਵਿੱਚ ਇੰਨੇ ਲੋਕ ਜਿਹੜੇ ਆ ਉਹ ਸ਼ਾਮਲ ਹੋਣਗੇ। ਪਰ ਜਿਹੜਾ ਕਿਉਂਕਿ ਪਹਿਲਾਂ ਵੀ ਪੁਲਿਸ ਦਾ ਪ੍ਰਬੰਧ ਹੁੰਦਾ ਪਰ ਇਸ ਵਾਰ ਕਿਉਂਕਿ ਐਫਬੀਆਈ ਦਾ ਅਲਰਟ ਆ ਤੇ ਪ੍ਰਬੰਧ ਸੁਭਾਵਿਕ ਤੌਰ ਦੇ ਉੱਤੇ ਜ਼ਿਆਦਾ ਹੋਊਗਾ। ਜੀ 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 ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਅਮੈਰੀਕਾ ਦੀ ਯੂਬਾ ਸਿਟੀ ਦੇ ਵਿੱਚ ਸਭ ਤੋਂ ਵੱਡਾ ਨਗਰ ਕੀਰਤਨ ਗੁਰਪੁਰਬ ਦੇ ਮੌਕੇ ਤੇ ਸਜਾਇਆ ਜਾਂਦਾ ਹੈ। ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਤਾਂ ਅਜਿਹੇ ਦੇ ਵਿੱਚ ਹੁਣ FBI ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ। FBI ਅਮੈਰੀਕਾ ਦੀ ਸਭ ਤੋਂ ਵੱਡੀ ਏਜੰਸੀ ਦੱਸੀ ਜਾਂਦੀ ਹੈ ਜਿਸਨੇ ਜਿਹੜਾ ਸਿੱਖਾਂ 'ਤੇ ਹਮਲੇ ਦੀ ਚੇਤਾਵਨੀ ਜਾਰੀ ਕਰਦਿਆਂ ਇੱਕ ਲੈਟਰ ਇਸ਼ੂ ਕੀਤਾ ਹੈ ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ ਉਸ ਲੈਟਰ ਨੂੰ ਜਿਹੜਾ FBI ਦੇ ਵੱਲੋਂ ਜਾਰੀ ਕੀਤਾ ਗਿਆ। ਦੱਸਦੇ ਕਿ 1 ਨਵੰਬਰ ਨੂੰ ਜਿਹੜਾ ਨਗਰ ਕੀਰਤਨ ਹੋਣਾ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ। ਤਾਂ ਅਜਿਹੇ ਦੇ ਵਿੱਚ ਸਿੱਖਾਂ 'ਤੇ ਹਮਲਾ ਹੋਣ ਦੀ ਚੇਤਾਵਨੀ FBI ਦੇ ਵੱਲੋਂ ਜਾਰੀ ਕੀਤੀ ਗਈ ਹੈ ਜੋ ਕਿਤੇ ਨਾ ਕਿਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਹਾਲਾਂਕਿ FBI 'ਤੇ ਹੋਰਨਾਂ ਏਜੰਸੀਆਂ ਵੀ ਜਿਹੜੀਆਂ ਅਲਰਟ ਮੋਡ 'ਤੇ ਜ਼ਰੂਰ ਹੋਣਗੀਆਂ ਤਾਂ ਕਿ ਕੋਈ ਅਣਸੁਖਾਵੀ ਘਟਨਾ ਅਮੈਰੀਕਾ ਦੀ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਦੌਰਾਨ ਨਾ ਵਾਪਰ ਸਕੇ।